NDA ਦੇ ਰਾਸ਼ਟਰਪਤੀ ਪਦ ਦੀ ਉਮੀਦਵਾਰ ਦਰਪਦੀ ਮੁਰਮੂ ਅੱਜ ਚੰਡੀਗੜ੍ਹ ਵਿਖੇ ਪਹੁੰਚੀ ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਨਿਵਾਸ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਉਹਨਾਂ ਦੇ ਨਾਲ JP ਪ੍ਰਦੇਸ਼ ਪ੍ਰਧਾਨ ਊਮ ਪ੍ਰਕਾਸ਼ ਧਨਘੜ ਉਪ ਮੁੱਖ ਮੰਤਰੀ ਦੁਸ਼ੰਤ ਚਟਾਲਾ JJP ਪ੍ਰਦੇਸ਼ ਪ੍ਰਧਾਨ ਨਿਸ਼ਾਨ ਸਿੰਘ ਵੀ ਹਾਜ਼ਰ ਸਨ ਸੋਨੀ ਅਕਾਲੀ ਦਲ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਤੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ ਦਰਪਦੀ ਮੁਰਮੂ ਦੀ ਹਮਾਇਤ ਕਰੇਗਾ ਕਿਉਂਕਿ ਉਹ ਘੱਟ ਗਿਣਤੀਆਂ ਦਬੇ ਕੁਚਲੇ ਹੋਏ ਵਰਗ ਦੇ ਨਾਲ ਆਪਣਾ ਹਮਾਇਤ ਰੱਖਦੇ ਹਨ ਅਤੀਸ਼ ਦੇ ਨਾਲ ਹੀ ਉਹ ਔਰਤਾਂ ਦੀ ਵੀ ਪ੍ਰਤੀਨਿਧਤਾ ਕਰਦੇ ਹਨ ਇਸ ਮੌਕੇ ਇੱਕ ਵੱਡੀ ਮੀਟਿੰਗ ਵੀ ਹੋਈ ਅਤੇ ਮੀਟਿੰਗ ਦੇ ਵਿੱਚ ਇਹੀ ਫੈਸਲਾ ਲਿਆ ਗਿਆ ਕਿ ਉਹਨਾਂ ਵੱਲੋਂ ਦ੍ਰੋਪਦੀ ਮੁਰਮੂ ਦਾ ਹਮਾਇਤ ਕੀਤਾ ਜਾਵੇਗਾ ਇਸ ਮੌਕੇ ਸਰਦਾਰ ਬਾਦਲ ਨੇ ਸਿੱਖ ਕੌਮ ਦੇ ਪੰਜਾਬ ਨੂੰ ਦਰਪੇਸ਼ ਉਹਨਾਂ ਮਸਲਿਆਂ ਦਾ ਵੀ ਜ਼ਿਕਰ ਕੀਤਾ ਜੋ ਹਲੇ ਤੱਕ ਹੱਲ ਨਹੀਂ ਹੋਏ ਤੇ ਕਿਹਾ ਕਿ ਪਾਰਟੀ ਇਹਨਾਂ ਦਾ ਤਰਕਸੰਗਤ ਹੱਲ ਕੱਢੇ ਜਾਣ ਲਈ ਦ੍ਰਿੜ ਸੰਕਲਪ ਹੈ ਦੇਖੋ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਇੱਥੇ ਪਹੁੰਚੇ ਤੇ ਉਹਨਾਂ ਦਾ ਕਿਵੇਂ ਸਵਾਗਤ ਹੋਇਆ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਕੀ ਕਿਹਾ ਸੁਣੋ ਸ਼੍ਰੋਮਣੀ ਅਕਾਲੀ ਦਲ ਦੀ ਮ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਕਿਉਂਕਿ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਦਾ ਫੈਸਲਾ ਕਰਨਾ ਸੀ ਕਿਉਂਕਿ ਇਲੈਕਸ਼ਨ ਆ ਗਿਆ ਹੈ ਪਾਰਟੀ ਦਾ ਕੀ ਸਟੈਂਡ ਹੈ ਤੇ ਪਾਰਟੀ ਕਿਹਨੂੰ ਸਪੋਰਟ ਕਰੇਗੀ ਬੜੇ ਲੰਬਾ ਪ੍ਰਚਾਰ ਹੋਇਆ ਦੋ ਉਮੀਦਵਾਰ ਮੈਦਾਨ 'ਚ ਹੈ ਇੱਕ ਕਾਂਗਰਸ ਤੇ ਉਹਨਾਂ ਦੀ ਟੀਮ ਦੇ ਉਮੀਦਵਾਰ ਜਸਵੰਤ ਸਿਨਾ ਜੀ ਹੈ ਤੇ ਦੂਜੇ ਵਾਸਤੇ ਦੂਜੇ ਸਾਈਡ ਤੇ ਐਨਡੀਏ ਦੀ ਤੋਂ ਸ਼ਡਿਊਲ ਕਾਸਟ ਰਾਈਬ ਨਾਲ ਬਿਲੋਂਗ ਕਰਦੀ ਹੈ। ਧਰਪਤੀ ਮੁਰਮੁਰ ਸ਼ਡਿਊਲ ਟ੍ਰਾਈਬ ਸ਼ਡਿਊਲ ਟ੍ਰਾਈਬ ਨਾਲ ਬਿਲੋਂਗ ਕਰਦੀ ਹੈ। ਧਰਪਤੀ ਮੁਰਮੁਰ ਜੀ ਉਹ ਉਮੀਦਵਾਰ ਹੈ। ਅਸੀਂ ਸਾਰਿਆਂ ਨੇ ਸਾਰਾ ਵਿਚਾਰ ਕੀਤਾ ਤੇ ਸ਼ੋਮਨੀ ਕਾਲੀਦਲ ਦੀ ਸੋਚ ਬੜੀ ਕਲੀਅਰ ਹੈ। ਪਹਿਲੀ ਗੱਲ ਸੋਚਿਆ ਕਿ ਸ਼ੋਮਨੀ ਕਾਲੀਦਲ ਕਿਸੇ ਉਸ ਉਮੀਦਵਾਰ ਦੀ ਸਪੋਰਟ ਨਹੀਂ ਕਰ ਸਕਦਾ। ਜਿਹੜੀ ਕਾਂਗਰਸ ਦਾ ਉਮੀਦਵਾਰ ਹੋ ਕਿਉਂਕਿ ਕਾਂਗਰਸ ਪਾਰਟੀ ਨੇ ਜੋ ਸਿੱਖ ਕਮਿਊਨਿਟੀ ਦੇ ਉੱਤੇ ਜੋ ਧੱਕੇ ਕੀਤੇ ਐ ਜੋ ਜ਼ੁਲਮ ਕੀਤੇ ਐ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਵੇਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲਿਆਮ ਕਾਂਗਰਸ ਨੇ ਕਰਾਇਆ ਸੋ ਉਸ ਪਾਰਟੀ ਦੇ ਨਾਲ ਅਸੀਂ ਨੇੜੇ țeੜੇ ਵੀ ਨਹੀਂ ਜਾ ਸਕਦੇ ਦੂਜੀ ਗੱਲ ਬੜੀ ਕਲੀਅਰ ਹੈ ਕਿ ਜਿਹੜੀ ਸ਼ੋਮਨੀ ਅਕਾਲੀ ਦਲ ਹੈ ਜੇ ਤੁਸੀਂ ਇਤਿਹਾਸ ਦੇਖੋ ਉਹ ਹਰ ਵਾਰ ਗਰੀਬ ਦੇ ਮਗਰ ਅ ਮਨੋਰਟੀਜ਼ ਦੇ ਮਗਰ ਜਾਂ ਵੀਕਰ ਸੈਕਸ਼ਨ ਦੇ ਮਗਰ ਹਰ ਵਾਰ ਸਪੋਰਟ ਕਰਦੇ ਰਹੇ ਭਾਵੇਂ ਅਸੀਂ ਕੋਈ ਜਾਤ ਪਾਤ ਦੀ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਕੋਈ ਜਾਤ ਪਾਤ ਦੀ ਗੱਲ ਨਹੀਂ ਹੈ ਅਸੀਂ ਨਾ ਸੋਚ ਹੈ ਪਰ ਜੋ ਵੀਕਰ ਸੈਕਸ਼ਨ ਹੈ ਜੋ ਸ਼ਡਿਊਲ ਟ੍ਰਾਈਬਸ ਹੈ ਉਹਨਾਂ ਦੀ ਸਪੋਰਟ ਕਰਨਾ ਅਸੀਂ ਸਮਝਦੇ ਹਾਂ ਕਿ ਸਾਡੀ ਇੱਕ ਜ਼ਿੰਮੇਵਾਰੀ ਹੈ ਸੋ ਕਿਉਂਕਿ ਰਉਪਦੀ ਮੁਰਮੂ ਜੀ ਸ਼ਡਿਊਲ ਟ੍ਰਾਈਬ ਨਾਲ ਸੰਬੰਧ ਕਰਦੇ ਆ ਮਨੋਰਟੀ ਨਾਲ ਮਨੋਰਟੀ ਨਾਲ ਸੰਬੰਧ ਕਰਦੇ ਆ ਤੋਂ ਅਸੀਂ ਬੜੇ ਵਿਚਾਰ ਨਾਲ ਸੋਚ ਕੇ ਫੈਸਲਾ ਕੀਤਾ ਕਿ ਸਾਡੇ ਭਾਵੇਂ ਪੋਲਿਟਿਕਲ ਡਿਫਰੈਂਸ ਬੀਜੇਪੀ ਨਾਲ ਹੈ ਐਨਡੀਆ ਐਨਡੀਆ ਨਾਲ ਹੈ ਕਿਉਂਕਿ ਜੋ ਕਿਸਾਨ ਐਜੀਟੇਸ਼ਨ ਵਿੱਚ ਕੀਤਾ ਗਿਆ ਕਿਵੇਂ ਆਪਣੇ ਕਿਸਾਨ ਭਰਾਵਾਂ ਦੀਆਂ ਜਾਨਾਂ ਗਈਆਂ ਕਿਵੇਂ ਇੱਥੇ ਬੰਦੀ ਸਿੱਖਾਂ ਦਾ ਇਸ਼ੂ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਛੱਡਿਆ ਜਾਊਗਾ ਪਰ ਹਲੇ ਤੱਕ ਨਹੀਂ ਕੀਤਾ ਭਾਵੇਂ ਮਿਨੋਰਟੀਜ਼ ਦਾ ਇਸ਼ੂ ਇੱਥੇ ਕਈ ਚ ਵਾਰ ਆਇਆ ਹੈ ਪਰ ਫਿਰ ਵੀ ਜਿਵੇਂ ਪੰਜਾਬ ਦੀ ਯੂਨੀਵਰਸਿਟੀ ਦਾ ਇਸ਼ੂ ਆਇਆ ਆ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਆਇਆ ਤੇ ਹੋਰ ਕਈ ਚੰਡੀਗੜ੍ਹ ਦੇ ਆ ਕਈ ਇਸ਼ੂਜ਼ ਆਏ ਆ ਅਸੀਂ ਬਹੁਤ ਮਤਭੇਦ ਸਾਡੇ ਬੀਜੇਪੀ ਨਾਲ ਹੈ ਉਹ ਮਤਭੇਦ ਨੂੰ ਅਸੀਂ ਸਾਈਡ ਤੇ ਰੱਖਦੇ ਹੋਏ ਕਿਉਂਕਿ ਆ ਇਸ਼ੂ ਇੱਕ ਮਿਨੋਰਟੀ ਦਾ ਇੱਕ ਗਰੀਬ ਘਰ ਦੀ ਔਰਤ ਇਕ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬੰਦਾ ਨੂੰ ਮੌਕਾ ਮਿਲ ਰਿਹਾ ਸਾਰੀਆਂ ਚੀਜ਼ਾਂ ਦੇਖਦੇ ਹੋਏ ਆਪਣੇ ਪੋਲੀਟੀਕਲ ਡਿਫਰੈਂਸ ਨੂੰ ਸਾਈਡ ਤੇ ਰੱਖਦੇ ਹੋਏ ਅਸੀਂ ਸੋਚਿਆ ਕਿ ਅਸੀਂ ਸਹੀ ਰਾਹ ਚੁਣੀਏ ਸਹੀ ਰਾਹ ਕੋਈ ਕ ਇੱਕ ਤਾਂ ਅਸੀਂ ਕਾਂਗਰਸ ਦੇ ਰਾਹ 'ਚ ਜਾ ਨਹੀਂ ਸਕਦੇ ਦੂਜੀ ਗੱਲ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਵੀ ਆਈ ਕਹਿੰਦਾ ਹੈ ਕਿ ਗਰੀਬ ਨਾਲ ਮਨੋਰਟੀ ਨਾਲ ਵੀਕਰ ਸੈਕਸ਼ਨ ਨਾਲ ਅਸੀਂ ਸਦਾ ਉਹਨਾਂ ਦੀ ਲੜਾਈ ਲੜੀ ਹੈ ਤੇ ਉਹਨਾਂ ਦੇ ਹੱਕ 'ਚ ਖੜੇ ਆ। ਸੋ ਸਾਰਾ ਕੁਝ ਨੂੰ ਦੇਖਦੇ ਹੋਏ ਪਾਰਟੀ ਨੇ 3 ਘੰਟੇ ਵਿਚਾਰ ਕੀਤੇ ਤੇ ਵਿਚਾਰ ਕਰਨ ਦੇ ਬਾਅਦ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ ਯੂਨੀਨਮਸਲੀ ਫੈਸਲਾ ਕੀਤਾ ਕਿ ਅਸੀਂ ਅ ਡ੍ਰੋਪਤੀ ਮੁਰਮੂ ਜੀ ਨੂੰ ਅਸੀਂ ਸਪੋਰਟ ਕਰਾਂਗੇ ਐਜ਼ ਪ੍ਰੈਜ਼ੀਡੈਂਟ ਉਹਨਾਂ ਦਾ ਨੱਡਾ ਸਾਹਿਬ ਦਾ ਮੈਨੂੰ ਪ੍ਰੈਜ਼ੀਡੈਂਟ ਕੱਲ ਆਇਆ ਸੀ ਫੋਨ ਅਸੀਂ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਤਾਂ ਪਾਰਟੀ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਫੈਸਲਾ ਕਰਾਂਗੇ ਤਾਂ ਇਹ ਮੀਟਿੰਗ ਸੱਦੀ ਅੱਜ ਮੈਡਮ ਦਾ ਵੀ ਫੋਨ ਆਇਆ ਸਾਨੂੰ ਕਿ ਮੇਰੀ ਸਪੋਰਟ ਤੁਸੀਂ ਕਰੋ ਸੋ ਦੋਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਖਾਸ ਕਰਕੇ ਮੈਡਮ ਦੀ ਰਿਕੁਐਸਟ ਨੂੰ ਦੇਖਦੇ ਹੋਏ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਮੈਡਮ ਨੂੰ ਅਸੀਂ ਦੇਸ਼ ਦੇ ਰਾਸ਼ਟਰਪਤੀ ਬਣਾਉਣ ਵਾਸਤੇ ਜਿੰਨਾ ਯੋਗਦਾਨ ਸਾਡਾ ਪਾਰਟੀ ਦਾ ਹੋ ਸਕਦਾ ਅਸੀਂ ਪਾਵਾਂਗੇ ਤੇ ਉਹਨੇ ਪੂਰੀ ਕੋਸ਼ਿਸ਼ ਕਰਕੇ ਉਹਨੂੰ ਦੇਸ਼ ਦਾ ਰਾਸ਼ਟਰਪਤੀ ਬਣਾਵਾਂਗੇ ਬਿਲਕੁਲ ਬਾਤ ਸੱਦਿਆ ਤੇ ਸਾਨੂੰ ਅਸੀਂ ਉਹਨਾਂ ਰਿਕੁਐਸਟ ਵੀ ਆਈ ਹੈ ਕਿ ਸਾਨੂੰ ਆ ਕੇ ਰਿਕੁਐਸਟ ਸਾਡੀ ਕੋਲੀ ਦਲ ਨੂੰ ਉਹਨਾਂ ਨੇ ਵਾਈਟ ਵੀ ਕੀਤਾ ਮੈਡਮ ਨੇ ਤੇ ਇਸ ਕਰਕੇ ਇਹਦੇ ਬਾਅਦ ਅਸੀਂ ਉਹਨਾਂ ਨੂੰ ਯੂਟੀ ਗੈਸਟ ਹਾਊਸ ਮਿਲ ਵੀ ਚੱਤੇ ਆ ਤੇ ਆਪਣੀ ਐਕਸਪੋਰਟ ਐਕਸਟੈਂਡ ਕਰਨ ਵੀ ਚੱਲੇ ਮੈਡਮ